ਸਿੱਖ ਪ੍ਰਚਾਰਕ ਰঞ্জੀਤ ਸਿੰਘ ਟਡਰੀਆ ਵਾਲੇ ਦੇ ਨਾਲ ਜੁੜੇ ਵਿਵਾਦ ਟਡਰੀਆ ਵਾਲੇ ਦਾ ਪਛਾਣ ਨਹੀਂ ਛੱਡ ਰਹੇ ਬਲਕਿ ਲਗਾਤਾਰ ਵਧੇ ਜਾ ਰਹੇ ਨੇ ਤਾਜ਼ਾ ਮਾਮਲਾ ਸੰਗਰੂਰ ਖੇਤਰ ਦਾ ਜਿੱਥੇ ਰঞ্জੀਤ ਸਿੰਘ ਦੇ ਵੱਲੋਂ ਧਾਰਮਿਕ ਦੀਵਾਨ ਲਗਾਏ ਜਾਣੇ ਸਨ ਪਰ ਉੱਥੇ ਕੁਝ ਜਥੇਬੰਦੀਆਂ ਨੇ ਪਹੁੰਚ ਰঞ্জੀਤ ਸਿੰਘ ਦਾ ਵਿਰੋਧ ਕੀਤਾ ਮਤਲਬ ਕਿ ਰੰਗ ਜੋ ਭੰਗ ਪਾ ਦਿੱਤਾ ਜਿਸ ਨੂੰ ਲੈ ਕੇ ਰঞ্জੀਤ ਸਿੰਘ ਦਾ ਕੀ ਕਹਿਣਾ ਹੈ ਆਓ ਦੇਖਦੇ ਹਾਂ ਮੈਨੂੰ ਇਹ ਲੱਗਦਾ ਜੀ ਕਿ ਕੱਲ ਜਦੋਂ ਮੈਂ ਦੀਵਾਨ ਦੀ ਸਮਾਪਤੀ ਕੀਤੀ ਹੈ ਤਾਂ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਇੱਕ ਚਿੱਠੀ ਆਈ ਜਿਹੜੀ ਮੈਂ ਪੜ੍ਹੀ ਹੈ ਬਾਅਦ ਚ ਪਤਾ ਲੱਗਿਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਰੌਲਾ ਪੈ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਮੈਂ ਪੇਸ਼ ਨਹੀਂ ਹੋਇਆ ਪੰਜ ਮੈਂਬਰੀ ਉਹਨਾਂ ਨੇ ਕਮੇਟੀ ਬਣਾਈ ਸੀ ਮੈਂ ਉਹਨਾਂ ਦੀ ਕਮੇਟੀ ਅੱਗੇ ਗਿਆ ਨਹੀਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਉਸੇ ਦਾ ਹੀ ਇੱਕ ਰੂਪ ਹੈ ਜਿਹੜਾ ਇਹਨਾਂ ਨੇ 1 ਮਹੀਨੇ ਦਾ ਟਾਈਮ ਦਿੱਤਾ ਤੇ ਉਧਰੋਂ ਇਹਨਾਂ ਬੰਦਿਆਂ ਨੂੰ ਵੀ ਹੱਲਾਸ਼ੇਰੀ ਬੈਕ ਤੋਂ ਮਿਲੀ ਹੈ ਕਿਉਂਕਿ ਜੇ ਇਹਨਾਂ ਨੂੰ ਅੱਜ ਦੁੱਖ ਲੱਗਿਆ ਬਿਟਾ ਡਰੀਆਂ ਵਾਲਾ ਗਲਤ ਪ੍ਰਚਾਰ ਕਰਦਾ ਹੈ ਗੱਲਾਂ ਤਾਂ ਉਹੀ ਹੈ ਜਿਹੜੀਆਂ 3 ਸਾਲ ਦੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਕਿਤੇ ਵੀ ਇਹ ਪ੍ਰੋਗਰਾਮ ਰੋਕਣ ਵਾਸਤੇ ਨਹੀਂ ਗਏ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਪ੍ਰੋਗਰਾਮ ਰੋਕਣ ਵਾਲੇ ਇਹ ਬੰਦੇ ਨਵੇਂ ਆਏ ਔਰ ਪੰਜਾਬ ਦੇ ਵਿੱਚ ਨਹੀਂ ਕਰਨ ਦੇਣਾ ਇਹ ਬੰਦਿਆਂ ਨੂੰ ਉਸੇ ਉਸੇ ਹੀ ਇੱਕ ਉਹਦਾ ਹੀ ਇੱਕ 파ਟ ਸਮਝਿਆ ਜਾਵੇ ਕਿਉਂਕਿ ਅਕਾਲ ਤਖਤ ਦਾ ਇੱਕ ਜਿਹੜਾ ਢੰਚਾ ਆ ਜਿਹੜਾ ਸਿਸਟਮ ਹੈ ਮੈਂ ਉਹਦੇ ਅੱਗੇ ਪੇਸ਼ ਇਸ ਕਰਕੇ ਨਹੀਂ ਹੋਇਆ ਸੀ ਮੈਂ ਕਿਹਾ ਸੀ ਜੇ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਨੇ ਬਣਾਈ ਹੈ ਤੇ ਗੁਰਬਚਨ ਸਿੰਘ ਜਥੇਦਾਰ ਨੇ ਕੀਦੇ ਕਹਿਣ ਦੇ ਉੱਤੇ ਸਰਸੇ ਵਾਲੇ ਨੂੰ ਮaaf ਕੀਤਾ ਸੀ ਉਹਦੇ ਵਾਸਤੇ ਪੰਜ ਮੈਂਬਰੀ ਕਮੇਟੀ ਕਿਉਂ ਨਹੀਂ ਬਣਾਈ ਬਾਕੀ ਜਿਹੜੇ ਬਾਬਿਆਂ ਨੇ ਆਪੋ ਆਪਣੀਆਂ ਮਰਿਆਦਾਵਾਂ ਬਣਾਈਆਂ ਨੇ ਉਹਦੇ ਵਾਸਤੇ ਜਥੇਦਾਰਾਂ ਨੇ ਪੰਜ ਮੈਂਬਰੀ ਕਮੇਟੀ ਕਿਉਂ ਨਹੀਂ ਬਣਾਈ ਸਾਡੇ ਵਾਰੀ ਤਾਂ ਫਟਾਫਟ ਪੰਜ ਮੈਂਬਰੀ ਕਮੇਟੀ ਬਣਾਤੀ ਪੰਜ ਮੈਂਬਰੀ ਕਮੇਟੀ ਅੱਗੇ ਮੈਂ ਪੇਸ਼ ਨਹੀਂ ਹੋਇਆ ਤਾਂ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ 1 ਮਹੀਨੇ ਦਾ ਉਧਰੋਂ ਟਾਈਮ ਦੇਤਾ ਤੇ ਨਾਲ ਇਹਨਾਂ ਬੰਦਿਆਂ ਨੂੰ ਹੱਲਾਸ਼ੇਰੀ ਦੇ ਦਿੱਤੀ ਪ੍ਰੈਸ਼ਰ ਬਿਲਡ ਕਰਨ ਵਾਸਤੇ ਵੀ ਇੱਥੇ ਦੀਵਾਨ ਨੇ ਇੱਥੇ ਰੌਲਾ ਪਾਓ ਦੂਜੀ ਜਗ੍ਹਾ ਦੀਵਾਨ ਨੇ ਦੂਜੀ ਜਗ੍ਹਾ ਰੌਲਾ ਪਾਓ ਜੇ ਪੰਜ ਚਾਰ ਜਗ੍ਹਾ ਰੌਲਾ ਪੈ ਗਿਆ ਤਾਂ ਆਪਣੇ ਆਪ ਹੀ ਅਕਾਲ ਤਖਤ ਦੇ ਉੱਤੇ ਆ ਕੇ ਡਿੱਗੂਗਾ ਇਹ ਤਰੀਕਾ ਆਇਆ ਇਹਦਾ ਜਿਹੜਾ ਤੁਹਾਨੂੰ 1 ਮਹੀਨਾ ਸਮਾਂ ਦਿੱਤਾ ਗਿਆ ਹੁਣ ਕੀ ਤੁਸੀਂ ਉਸ ਮਹੀਨ ਪਹਿਲਾਂ ਵਾਲੀ ਗੱਲ ਦੇ ਉੱਪਰ ਕਾਇਮ ਹੋ ਜਾਂ 1 ਮਹੀਨੇ ਬਾਅਦ ਤੁਸੀਂ ਜਾ ਮੈਂ ਤਾਂ ਕਹਿੰਦਾ ਜੀ ਅਕਾਲ ਤਖਤ ਜਿਹੜਾ ਸਿਸਟਮ ਹੈ ਨਾ ਉੱਥੋਂ ਦਾ ਉਹ ਅੱਜ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਰਪਟ ਹੋ ਗਿਆ ਉਹ ਆਪਣਿਆਂ ਦੀਆਂ ਕੱਚ ਵਿੱਚ ਤੇ ਦੂਜਿਆਂ ਦੀਆਂ ਹੱਥ 'ਚ ਰੱਖਦੇ ਆ ਮੈਂ ਕਹਿੰਦਾ ਵੀ ਸਾਰਿਆਂ ਲਈ ਫੇਰ ਕਰੋ ਜੇ ਸਾਡੇ ਵਾਸਤੇ ਕੋਈ ਮਰਿਆਦਾ ਹੈ ਤਾਂ ਬਾਕੀਆਂ ਲਈ ਵੀ ਬਣਾਓ ਜੇ ਹੁਣ ਵੇਖੋ ਮੈਂ ਤਾਂ ਇੱਥੇ ਤੱਕ ਵੀ ਕਹਿਣ ਨੂੰ ਤਿਆਰ ਆ ਸਾਰੇ ਮੀਡੀਆ 'ਚ ਤੁਸੀਂ ਮੇਰੀ ਗੱਲ ਦੇ ਸਕਦੇ ਆ ਵੀ ਪ੍ਰਚਾਰਕਾਂ ਵਾਸਤੇ ਇੱਕ ਸਿਸਟਮ ਬਣਾ ਦਿਓ ਵੀ ਆਹੀ ਬੋਲਣਾ ਨਾ ਤਾਂ ਕੋਈ ਬਾਬੇ ਗੱਪ ਕਹਾਣੀਆਂ ਸੁਣਾ ਸਕਣ ਤੇ ਨਾ ਕੋਈ ਹੋਰ ਪ੍ਰਚਾਰਕ ਬੋਲ ਸਕੇ ਅਕਾਲ ਤਖਤ ਇੱਕ ਪ੍ਰੋਪਰ ਸਿਸਟਮ ਬਣਾ ਦੇਵੇ ਕੋਈ ਵੀ ਸੰਪਰਦਾ ਜਿਹੜੀ ਸਿੱਖ ਹੈ ਕੋਈ ਵੀ ਜਥੇਬੰਦੀ ਚਾਹੇ ਉਹ ਦਮਦਮੀ ਟਕਸਾਲ ਹੈ ਚਾਹੇ ਉਹ ਮਸ਼ੀਨਰੀ ਕਾਲਜ ਚਾਹੇ ਉਹ ਨਾਨਕ ਸਰ ਹੈ ਇੱਕ ਢਾਂਚਾ ਬਣਾਉਣ ਵੀ ਆ ਇੱਕ ਸਿਸਟਮ ਹੈ ਇਹਦੋਂ ਬਾਹਰ ਕੋਈ ਪ੍ਰਚਾਰਕ ਬੋਲੂਗਾ ਨਹੀਂ ਜਿਹੜੇ ਪ੍ਰਚਾਰਕ ਨੂੰ ਚੰਗਾ ਲੱਗੂਗਾ ਉਹ ਪ੍ਰਚਾਰ ਕਰ ਲੂਗਾ ਜਿਹਨੂੰ ਨਹੀਂ ਚੰਗਾ ਲੱਗੂਗਾ ਉਹ ਆਪਣੇ ਘਰ ਬੈਠ ਜਾਊਗਾ ਇੱਕ ਸਿਸਟਮ ਹੋਵੇ ਪਰ ਪ੍ਰੋਬਲਮ ਇਹ ਹੈ ਵੀਰ ਜੀ ਵੀ ਇੱਕ ਬੰਦਿਆਂ ਨੂੰ ਤਾਂ ਇਹ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਦੀ ਆਗਿਆ ਵੀ ਦੇ ਦਿੰਦੇ ਐ ਚੋਰ ਵੀ ਕਰੋ ਬਰਾਬਰ ਪ੍ਰਕਾਸ਼ ਵੀ ਕਰੋ ਚਾਹੇ ਦਸਮ ਗ੍ਰੰਥ ਦੇ ਖੰਡ ਪਾਠ ਕਰੋ ਇੱਕ ਟੜੇ ਨੂੰ ਤਾਂ ਇੰਨਾ ਵੀ ਸ਼ਹਿ ਹੈ ਤੇ ਦੂਜੇ ਢਡੇ ਨੂੰ ਇੱਕ ਇੰਨਾ ਵੀ ਕਹਿਣ ਦਾ ਹੱਕ ਨਹੀਂ ਕਿ ਇਹਦੇ ਵਿੱਚ ਕੁਝ ਮਿਲਾਵਟ ਹੈ ਇੰਨਾ ਵੀ ਜੇ ਕਹੋਗੇ ਕਾਲ ਤੱਕ ਤੋਂ ਤੁਹਾਨੂੰ ਸ਼ੇਕ ਦਿੱਤਾ ਜਾਂਦਾ ਇੱਕ ਗਰੁੱਪ ਜਿਹੜਾ ਇਹਨਾਂ ਨਾਲ ਜੁੜਿਆ ਹੋਇਆ ਉਹ ਜੋ ਮਰਜ਼ੀ ਆਪ ਖੁਦਰੀਆਂ ਕਰੇ ਉਹਨਾਂ ਨੂੰ ਸਾਰੀਆਂ ਪਰਮਿਸ਼ਨਾਂ ਦਿੰਦੇ ਐ ਤੇ ਜਿਹੜਾ ਬੰਦਾ ਇਹਨਾਂ ਦੇ ਉਲਟ ਹੈ ਉਹਦੀ ਨਿੱਕੀ ਜੀ ਗੱਲ ਫੜ ਕੇ ਉਹਨੂੰ ਪੰਥ ਚੋਂ ਬਾਹਰ ਕੱਢਣ ਦਾ ਰਾਹ ਵਿਖਾਉਂਦੇ ਐ ਪ੍ਰੋਬਲਮ ਇਹ ਐ ਤੁਸੀਂ ਜਾਮੂਗੇ ਮਹੀਨੇ ਬਾਅਦ ਬਾਬਾ ਜੀ ਗੱਲ ਜੀ ਇੱਕੋ ਹੀ ਗੁਰਬਾਣੀ ਆ ਉਹਦੀ ਇੰਟਰਪ੍ਰੀਟੇਸ਼ਨ ਤੇ ਇਹਨਾਂ ਨੂੰ ਤਰਾਜ ਗੋਆ ਜਿਹੜੀ ਤੁਸੀਂ ਹਾਂ ਫਰਕ ਇਹ ਐ ਵੀਰ ਜੀ ਆਪਾਂ ਪ੍ਰੈਕਟੀਕਲ ਸੋਚਦੇ ਆ ਮੈਂ ਕਿ ਲੌਜੀਕਲ ਸੋਚੋ ਪ੍ਰੈਕਟੀਕਲ ਸੋਚੋ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੇ ਤੁਹਾਡੀਆਂ ਕਰਾਮਾਤਾਂ ਵਾਲੀਆਂ ਗੱਲਾਂ ਕਰਕੇ ਧਰਮ ਨਾਲ ਨਹੀਂ ਜੁੜਨਾ ਗੁਰੂ ਗ੍ਰੰਥ ਸਾਹਿਬ ਤੋਂ ਲੋਕ ਦੂਰ ਜਾਣਗੇ ਕਰਾਮਾਤਾਂ ਵਾਲੀਆਂ ਗੱਲਾਂ ਛੱਡ ਕੇ ਪ੍ਰੈਕਟੀਕਲ ਸੋਚੋ ਕਿਉਂਕਿ ਆਉਣ ਵਾਲੇ ਬੱਚੇ ਜਿਹੜੇ ਨੇ ਪੜ੍ਹੇ ਲਿਖੇ ਆ ਉਹ ਸਾਡੇ ਵਰਗੇ ਪੁਰਾਣੇ ਕਮਲੇ ਤਾਂ ਹੈ ਨਹੀਂ ਉਹ ਸਾਇੰਸ ਪੜ੍ਹੇ ਆ ਤੇ ਉਹਨਾਂ ਨੂੰ ਅੱਜ ਦੇ ਹਿਸਾਬ ਨਾਲ ਪ੍ਰੈਕਟੀਕਲ ਸਮਝਾਈਏ ਸਾਡੀ ਤੇ ਇਹਨਾਂ ਦੇ ਅਰਥਾਂ ਵਿੱਚ ਇਹ ਫਰਕ ਜਦੋਂ ਟੱਡਰੀਆਂ ਵਾਲੇ ਤੋਂ মিডিਆ ਨੇ ਇਹ ਸਵਾਲ ਕੀਤਾ ਕਿ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਗੇ ਜਾਂ ਨਹੀਂ ਤਾਂ ਉਹਨਾਂ ਨੇ মিডিਆ ਦੇ ਸਾਹਮਣੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਅੱਤੇ ਕੀ ਕਿਹਾ ਦੇਖੋ ਜੀ ਸੁਣ ਕੇ ਤੁਸੀਂ 1 ਮਹੀਨਾ ਸਮਾਂ ਦਿੱਤਾ ਕਿ ਜਾਵੋਗੇ ਜਾਂ ਨਹੀਂ ਕਿਉਂ ਜਾਵਾਂਗੇ ਜੀ ਮੈਂ ਕਹਿਣਾ ਵੀ ਸਦਾ ਹੀ ਜਾਣ ਨੂੰ ਤਿਆਰ ਆ ਪਰ ਬਾਕੀਆਂ ਲਈ ਕਮੇਟੀਆਂ ਬਣਾ ਲੈਣ ਕਿੰਨੇ ਸਰਸੇ ਵਾਲੇ ਨੂੰ ਮਾਫ਼ ਕਰਵਾਇਆ ਕਿਹੜੇ ਕੇਲੇ ਲੀਡਰ ਉਹਦੇ ਵਿੱਚ ਇਨਵੋਲਵ ਸੀ ਉਹਨਾਂ ਤੇ ਇੱਕ ਗੱਲ ਕਰ ਲੈਣ ਉਸ ਤੋਂ ਬਾਅਦ ਸਾਰੇ ਬਾਬਿਆਂ ਨੂੰ ਹੁਕਮਨਾਮਾ ਜਾਰੀ ਕਰਨ ਅਕਾਲ ਤਖਤ ਦੀ ਇੱਕ ਮਰਿਆਦਾ ਸੰਵਿਧਾਨ ਇੱਕ ਹੁੰਦਾ ਦੇਸ਼ ਵਿੱਚ ਇੱਕ ਦੇਸ਼ ਵਿੱਚ 10 ਵਿਧਾਨ ਨਹੀਂ ਹੋ ਸਕਦੇ ਅਕਾਲ ਤਖਤ ਦੀ ਮਰਿਆਦਾ ਹਰ ਬਾਬਾ ਆਪਣੇ ਡੇਰੇ ਵਿੱਚ ਲਾਗੂ ਕਰੇ ਮੈਂ ਡੰਡਉਤਾਂ ਕਰਦਾ ਅਕਾਲ ਤਖਤ ਤੇ ਜਾਊਂਗਾ ਮੇਰਾ ਵਾਦਾ ਆ ਮੈਂ ਅਕਾਲ ਤਖਤ ਤੇ ਜਾਊਂਗਾ ਅਕਾਲ ਤਖਤ ਦੀ ਹੀ ਮਰਿਆਦਾ ਮੈਂ ਆਪਣੀ ਮਰਿਆਦਾ ਨਹੀਂ ਕਹਿ ਰਿਹਾ ਅਕਾਲ ਤਖਤ ਦੀ ਮਰਿਆਦਾ ਹਰ ਬਾਬਾ ਆਪਣੇ ਡੇਰੇ ਵਿੱਚ ਲਾਗੂ ਕਰੇ ਤੇ ਇਹ ਅਕਾਲ ਤਖਤ ਦਾ ਜਹੇਦਾਰ ਹੁਕਮਨਾਮਾ ਜਾਰੀ ਕਰ ਦੇ ਮੈਂ ਲੰਮਾ ਪੈ ਕੇ ਪੈ ਕੇ ਜਾਊਂਗਾ ਚੱਕ ਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ